ਸ਼ਬਦ ਦਾ ਸਤਿਕਾਰ ਕਰਦੇ ਹੋਏ ਇੱਕ ਗੱਲ ਯਾਦ ਰੱਖਦੇ ਨੇ, ਮਾਇਆ ਤੁਸੀਂ ਕਿਸਮ ਦਾ ਸਤਿਕਾਰ ਕਰਦੇ ਹੋ, ਇਹ ਸ਼ਬਦ ਦੀ ਭੇਟਾ ਹੋਇਆ ਕਰਦੀ ਹੈ। ਗੁਰੂ ਦੇ ਸ਼ਬਦ ਦੇ ਨਾਲ ਕਿੰਨਾ ਸਾਡਾ ਪਿਆਰ ਹੈ, ਇਹ ਉਹ ਸ਼ਬਦ ਨੇ। ਧੰਨ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੁਬਾਰਕ ਮੁਬਾਰਕਨ ਤੋਂ ਚੱਲਦੀ। ਇਹ ਕੋਈ ਆਮ ਗਾਣੇ ਨਹੀਂ ਹੈ, ਇਹ ਕੋਈ ਆਮ ਕਵਿਤਾਵਾਂ ਨਹੀਂ ਹੈ, ਇਹ ਤੁਹਾਡੇ ਦਰਗਾਹ ਦੀ ਬਾਣੀ ਹੈ। ਜਿਹੜੇ ਪੜ੍ਹਨ ਵਾਲੇ ਸੁਣਨ ਵਾਲੇ ਸਾਰੇ ਪਵਿੱਤਰ ਹੋ ਜਾਂਦੇ ਨੇ, ਜਨਮਾਂ ਜਨਮਾਂਤਰਾਂ ਦੇ ਪਾਠ ਕੱਟੇ ਜਾਂਦੇ ਨੇ, ਇਹ ਉਹ ਬਾਣੀ ਹੈ। ਇਸ ਦਾ ਸਤਿਕਾਰ ਜਿੰਨਾ ਵੀ ਹੋਵੇ ਉਹਨੇ ਥੋੜ੍ਹਾ ਹੋਇਆ। ਗੁਰੂ ਨਾਨਕ ਬਹੁਤ ਸਾਰੇ ਸਾਨੂੰ ਪੁੱਛਿਆ ਕਰਦੇ ਨੇ ਵੀ ਭੇਟਾ ਕੀ ਤੁਹਾਡੀ ਭੇਟਾ ਕੀ, ਤੇ ਭੇਟਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਨੀਅਤ ਕੀਤੀ ਕੀ ਕੀਤੀ। ਪਾਤਸ਼ਾਹ ਕਹਿੰਦੇ ਕਿਸ ਸਾਹਿਬ ਕੀ ਬਾਤ ਦੇ ਆਖੇ, ਤੇਰੇ ਗੁਰੂ ਕਾ ਕੋਈ ਸ਼ਬਦ ਸੁਣਾਉਂਦਾ ਤੈਨੂੰ, ਤੇਰੇ ਗੁਰੂ ਕਾ ਕੋਈ ਗੱਸ ਸੁਣਾਉਂਦਾ ਤੈਨੂੰ, ਤੇਰੇ ਗੁਰੂ ਦੇ ਕੋਈ ਗੁਣ ਗਾ ਕੇ ਸੁਣਾਉਂਦਾ, ਤੇ ਸੱਜਣਾ ਫਿਰ ਉਸ ਨੂੰ ਦੇਣਾ ਕੀ ਹੈ। ਗੌਰ ਨਾਲ ਸੁਣਨ ਵਾਲੀ ਗੱਲ, ਮੇਰੇ ਪਾਤਸ਼ਾਹ ਕਹਿੰਦੇ ਤਿਸ ਸਾਹਿਬ ਕੀ ਬਾਤ ਦੇ ਆਖੇ, ਕਹੋ ਨਾਨਕ ਕਿਆ ਦੀਜੈ, ਕੀ ਦੇਣਾ। ਕਹਿੰਦੇ ਸੀਸ ਬਠੈ ਕਰ ਵੈਸਣ ਦੀਜੈ, ਤੇ ਫਿਰ ਬਿਨ ਸਿਰ ਸੇਵ ਕਰੀਜੈ। ਕਹਿੰਦੇ ਸੱਜਣਾ ਜਿਹੜੇ ਤੇਰੀ ਯਾਦ ਦੀ ਗੱਲ ਸੁਣਦਾ, ਜਿਹੜਾ ਤੇਰੇ ਗੁਰੂ ਕੀ ਬਾਤ ਪਾਉਂਦਾ, ਉਸਨੂੰ ਆਪਣਾ ਸਿਰ ਵੱਢ ਕੇ ਦੇ ਦੇ ਵੀ ਮੂਹੜਾ ਬਣਾ ਕੇ, ਵੀ ਆਹ ਮੇਰੇ ਗੁਰੂ ਦਾ ਪਿਆਰਾ, ਇਸ ਤੇ ਬੈਠ ਤੇ ਫਿਰ ਬਿਨਾਂ ਸਿਰ ਤੋਂ ਉਹਦੀ ਸੇਵਾ ਕਰੀ। ਮੈਂ ਆਮ ਦੇਖਦਾ ਵੀ ਜਦੋਂ ਕੋਈ ਸਾਡੇ ਘਰੇਲੂ ਫੰਕਸ਼ਨ ਹੋਇਆ ਕਰਦੇ ਨੇ, ਗੰਦੇ ਗਾਣੇ ਲਾ ਕੇ, ਡੀਜੇ ਲਾ ਕੇ, ਤੇ ਕਿੱਦਾਂ ਆਪਾਂ ਨੋਟ ਲੁਟਾਉਂਦੇ ਹਾਂ, ਤੇ ਜਦੋਂ ਸਾਡੇ ਗੁਰੂ ਦਾ ਕੋਈ ਸ਼ਬਦ ਸੁਣਾਉਂਦਾ ਹੋਵੇ, ਉਦੋਂ ਸਾਡੀ ਜੇਬਾਂ ਚੋਂ ਪੈਸਾ ਨਿਕਲਣਾ ਬੜਾ ਔਖਾ ਹੋ ਜਾਂਦਾ, ਬੜਾ ਮੁਸ਼ਕਲ ਹੋ ਜਾਂਦਾ। ਇਹ ਕੋਈ ਹਾਸੋ ਹੀਣੀ ਗੱਲ ਨਹੀਂ, ਮਖੌਲ ਵਾਲੀ ਗੱਲ ਨਹੀਂ ਹੈ, ਇਹ ਹਕੀਕਤ ਹੈ। ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਓ, ਨਹੀਂ ਤੇ ਗੁਰੂ ਤੋਂ ਦੂਰ ਹੀ ਹੁੰਦੇ ਜਾਵਾਂਗੇ। ਸਾਨੂੰ ਆਪਣਾ ਬਹੁਤ ਫਰਕ ਪੈ ਗਿਆ, ਸਾਨੂੰ ਗੰਦੇ ਗਾਣੇ ਤੇ ਚੰਗੇ ਲੱਗਦੇ ਨੇ। ਆਮ ਕਵਿਤਾਵਾਂ ਜਿਹੜਾ ਕੋਈ ਕਲਾਕਾਰ ਗਾਉਂਦਾ ਹੋਵੇ, ਜਿਹੜਾ ਗੁਰੂ ਦੇ ਨਾਲ ਬਿਲਕੁਲ ਵੀ ਨਹੀਂ ਜੁੜਿਆ ਹੋਇਆ, ਉਹ ਸਾਨੂੰ ਚੰਗਾ ਲੱਗਦਾ, ਪਰ ਗੁਰੂ ਦਾ ਸ਼ਬਦ ਸਾਨੂੰ ਬਹੁਤ ਭੈੜਾ ਲੱਗਦਾ। ਜਦੋਂ ਕੋਈ ਗੁਰੂ ਦਾ ਪਿਆਰਾ ਗਾਣਾ ਹੋਵੇ, ਕਰਦਾ ਹੋਵੇ, ਅਸੀਂ ਤੁਹਾਡੇ ਮਨ ਵਿੱਚੋਂ ਲੈ ਇਹ ਬੰਦ ਹੀ ਨਹੀਂ ਕਰਦਾ, ਇਹ ਤੇ ਚੁੱਪ ਹੀ ਨਹੀਂ ਕਰਦਾ। ਬਹੁਤ ਫਰਕ ਹੋ ਗਿਆ, ਆਪਣੇ ਮਨ ਅੰਦਰ ਝਾਤੀਆਂ ਮਾਰੋ,
ਇੱਕ ਜੇਲ ਹੈ, ਇੱਕ ਬੱਚੀ ਹੈ, ਇੱਕ ਤੱਕੜੀ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਕੀ ਬਾਣੀ ਦੇ ਦੁਆਰਾ ਜਿੱਥੇ ਤੋਲਿਆ ਜਾ ਸਕਦਾ ਆਪਣੇ ਆਪ ਨੂੰ, ਆਪਣੀ ਆਤਮਾ ਨੂੰ ਇੱਥੇ ਰੱਖ ਕੇ ਤੋਲਿਆ ਜਾ ਸਕਦਾ ਗੁਰੂ ਕੀ ਬਾਣੀ ਦੇ ਦੁਆਰਾ, ਕੰਡੇ ਤੇ ਰੱਖ ਕੇ ਤੋਲਿਆ ਜਾ ਸਕਦਾ। ਅੱਜ ਸਾਡੀ ਮਨੋਵਿਰਤੀਆਂ ਦੇ ਪ੍ਰਭਾਵ ਕੀ ਹੋ ਰਹੀ ਹੈ? ਸਾਡੇ ਕੋਲ ਟਾਈਮ ਨਹੀਂ, ਆਹ ਸਾਰੀਆਂ ਸੰਗਤਾਂ ਆਪਾਂ ਇਕੱਠੇ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਏ।
ਕਾਲਾ ਸੰਗਿਆਂ ਦੀ ਪੂਰੀ ਪ੍ਰਕਰਮਾ ਕਰੀਏ। ਧੰਨ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਜੈਕਾਰੇ ਛੱਡੀਏ। ਬੋਲੋ ਗੁਰੂ ਰਵਿਦਾਸ ਮਹਾਰਾਜ ਦੀ ਜੈ। ਪਵਿੱਤਰ ਕਰੋ ਇਹ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਮਾਤਾ 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 ਮਾਤਾ
Oh, my God.
ਸਾਹਿਬ।